ਅਤੇ ਅੱਜ ਅਸੀਂ ਬਣਾਵਾਂਗੇ ਮਸਾਲਾ ਛਾਂਸ। ਉਹਦੇ ਵਾਸਤੇ ਮੈਂ ਇੱਕ ਜਾਰ ਲਵਾਂਗੀ ਅਤੇ ਉਹਦੇ ਵਿੱਚ ਮੈਂ ਪਾਵਾਂਗੀ 2 ਤੋਂ 3 ਕੜਛੀ ਦਹੀਂ ਦੀ। ਅਗਰ ਤੁਸੀਂ ਹੋਮਮੇਡ ਦਹੀਂ ਹੈ ਤੁਹਾਡੇ ਕੋਲ, ਅਗਰ ਤੁਸੀਂ ਉਹ ਯੂਜ਼ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਪਰ ਮੈਂ ਇੱਥੇ ਵੈਰਕਾ ਦਾ ਦਹੀਂ ਯੂਜ਼ ਕਰ ਰਹੀ ਹਾਂ। ਇੱਕਦਮ ਗਾੜਾ ਗਾੜਾ ਕ੍ਰੀਮੀ ਦਹੀਂ ਹੋਣਾ ਚਾਹੀਦਾ ਸਾਡਾ। ਅਤੇ ਉਸ ਤੋਂ ਬਾਅਦ ਮੈਂ ਪਾ ਰਹੀ ਹਾਂ ਇਹਦੇ ਵਿੱਚ ਬਰਫ਼ ਦੇ ਕਿਊਬਸ। ਤੁਸੀਂ ਚਿਲਡ ਚਿਲਡ ਪੀਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ, ਵੈਸੇ ਤਾਂ ਇਹ ਠੰਡਾ ਠੰਡਾ ਹੀ ਸਵਾਦ ਲੱਗਦਾ ਹੈ, ਇਹਦੇ ਵਿੱਚ ਤੁਸੀਂ ਬਰਫ਼ ਦੇ ਕਿਊਬਸ ਪਾ ਸਕਦੇ ਹੋ। ਤਾਂ ਬਰਫ਼ ਦੇ ਕਿਊਬਸ ਪਾਉਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਧਨੀਆ ਦੇ ਪੱਤੇ ਅਤੇ ਪੁਦੀਨੇ ਦੇ ਪੱਤੇ। ਤਾਂ ਉਸ ਤੋਂ ਬਾਅਦ ਮੈਂ ਪਾ ਰਹੀ ਹਾਂ ਚਾਟ ਮਸਾਲਾ, ਕਾਲਾ ਨਮਕ, ਸਾਦਾ ਨਮਕ। ਹਾਂ, ਅਗਰ ਤੁਸੀਂ ਇਹਦੇ ਵਿੱਚ ਹਰੀ ਮਿਰਚ ਪਾਉਣਾ ਚਾਹੁੰਦੇ ਹੋ 2 ਤੋਂ 3 ਹਰੀ ਮਿਰਚ ਯੂਜ਼ ਕਰ ਸਕਦੇ ਹੋ। ਫਿਰ ਮੈਂ ਇਹਦੇ ਵਿੱਚ ਪਾਇਆ ਜੀਰੇ ਦਾ ਪਾਊਡਰ ਅਤੇ ਆਪਣਾ ਠੰਡਾ ਠੰਡਾ ਪਾਣੀ ਪਾ ਕੇ ਇਹਨੂੰ ਅਸੀਂ 2 ਤੋਂ 3 ਮਿੰਟ ਲਈ ਬਲੈਂਡ ਕਰ ਲਾਂਗੇ। ਅਗਰ ਤੁਹਾਨੂੰ ਇਹ ਗਾੜਾ ਲੱਗਦਾ ਤੁਸੀਂ ਬਾਅਦ ਵਿੱਚ ਇਹਦੇ ਵਿੱਚ ਮਿਲਕ ਜਾਂ ਫਿਰ ਥੋੜ੍ਹਾ ਜਿਹਾ ਪਾਣੀ ਯੂਜ਼ ਕਰ ਸਕਦੇ ਹੋ। ਤਾਂ ਇਹਨੂੰ ਅਸੀਂ ਗਲਾਸ ਦੇ ਵਿੱਚ ਕਿਊਬਸ ਪਾ ਕੇ ਬਰਫ਼ ਦੇ ਅਤੇ ਠੰਡਾ ਠੰਡਾ ਸਰਵ ਕਰਾਂਗੇ। ਤਾਂ ਉੱਤੇ ਗਾਰਨਿਸ਼ ਵਾਸਤੇ ਅਸੀਂ ਪੁਦੀਨਾ ਦੀ ਪੈਟਲਸ ਰੱਖ ਦਾਂਗੇ, ਇਹ ਹੋਰ ਵੀ ਜ਼ਿਆਦਾ ਵਧੀਆ ਲੱਗਦਾ। ਤਾਂ ਇੱਕਦਮ ਖੱਟਾ ਖੱਟਾ ਵਿੱਚ ਤੁਹਾਨੂੰ ਕਾਲਾ ਨਮਕ, ਸਾਦਾ ਨਮਕ, ਜੀਰੇ ਪਾਊਡਰ ਦਾ ਟੇਸਟ ਅਤੇ ਪੁਦੀਨੇ ਦਾ ਫਲੇਵਰ ਆਏਗਾ। ਤਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਬਾਏ।